टीचर हो रे दे स्कूल दे सरकारी टीचर हो हाँ जी ए सर किन्ना पानी बने आ सी का जुरे बाहर जेड़ा सीगा जी वो ता साढ़े के पांच फिट सीगा क्योंकि तुसी देख सकते हो कि साढ़े कमरे लेवल तक नीचे नहीं जी ता उसी साथ ना कमरियां दे भी छे छे फिट पानी सीगा छे छे फिट सीगा और ये एक कह लो कि साढ़े मतलब जो दीवार पे कड़ियां है जी या एलईडी लगी है जी सिर्फ ओही बच पाई जी इसके अलावा कोई चीज नहीं ए तुसी टीचर हो किन्ने बच्चे है स्कूल च जी इस टाइम स्कूल दे विच 27 बच्चे पढ़दे हैं 27 बच्चे पढ़दे आ ए तुसी समान जेड़ा हुण बाहर कढ के ਤੁਹਾਡਾ ਪਰਿਵਾਰ ਵੀ ਉਰੀ ਰਹਿੰਦਾ ਜੀ ਨਹੀਂ 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 ਮੇਰਾ ਪਰਿਵਾਰ ਉਰੇ ਨਹੀਂ ਰਹਿੰਦਾ ਜੀ ਤੁਸੀਂ ਅੱਛਾ ਚਮਕੌਰ ਸਾਹਿਬ ਤੋਂ ਹੈ ਅੱਛਾ ਜੀ ਤੇ ਇੱਥੇ ਹੁਣ ਜਦ ਲੱਗਿਆ ਕਿ ਹਾਂ ਕਿ ਭਾਈ ਪਾਣੀ ਥੱਲੇ ਉਤਰ ਗਿਆ ਫਿਰ ਅਸੀਂ ਸਿਰਫ ਇਹ ਦੇਖਣ ਆਏ ਸੀਗੇ ਕਿ ਕਿਆ ਹੈ ਕਿਆ ਕਿਹੜੀ ਚੀਜ਼ ਨੂੰ ਪਹਿਲੇ ਬਚਾਇਆ ਜਾ ਸਕਦਾ ਹੈ ਕਿਹੜੀ ਚੀਜ਼ ਜੋ ਇਸ ਟਾਈਮ ਖਰਾਬ ਹੋ ਚੁੱਕੀ ਹੈ ਤੇ ਸਾਰੀ ਚੀਜ਼ਾਂ ਨੂੰ ਅਸੀਂ ਅਲੱਗ ਕਰਨਾ ਸ਼ੁਰੂ ਕਰਿਆ ਜਿਹੜੀ ਚੀਜ਼ ਨੂੰ ਪਹਿਲੇ ਬਚਾਇਆ ਜਾ ਸਕਦਾ ਸੀਗਾ ਉਸ ਚੀਜ਼ ਨੂੰ ਬਚਾ ਲਿਆ ਗਿਆ ਬੜੀ ਗੱਲ ਹੈ ਵੀ ਸਰਕਾਰੀ ਚੀਜ਼ ਨੂੰ ਬਚਾਉਂਦੇ ਪਹਿਲਾ ਟੀਚਰ ਦੇਖਿਆ ਨਹੀਂ ਤਾਂ ਸਰਕਾਰੀ ਚੀਜ਼ ਦੀ ਦੁਰਵਰਤੋਂ ਹੀ ਮੈਡਮ ਮੈਡਮ ਆਂਗਨਵਾੜੀ ਮੈਡਮ ਹੈ ਮੈਡਮ ਤੁਹਾਡੇ ਕੀ ਨਾਂ ਹੈ ਜੀ ਸਰ ਹਰਪ੍ਰੀਤ ਕੌਰ ਇਹ ਆਂਗਨਵਾੜੀ 'ਚ ਤੁਹਾਡੇ ਉਹ ਕਿੰਨੇ ਬੱਚੇ ਹੈ ਜੀ ਸਰ ਇਸ ਟਾਈਮ ਮੇਰੇ ਕੋਲ ਟੋਟਲ ਤਾਂ 27 ਬੱਚੇ ਨੇ 27 ਬੱਚੇ ਜੀ ਤੇ ਕੀ ਨੁਕਸਾਨ ਹੋਇਆ ਆਂਗਨਵਾੜੀ ਦਾ ਤੇ ਕਿੰਨੇ ਕਿੰਨਾ ਪਾਣੀ ਆਉਣ ਨਾਲ ਤੁਹਾਨੂੰ ਅੱਜ ਤੁਸੀਂ ਸਪੈਸ਼ਲ ਆਏ ਆ ਛੁੱਟੀ ਤੋਂ ਬਾਅਦ ਸਫਾਈ ਖੁਦ ਕਰ ਰਹੇ ਆ ਸਰ ਸਾਡਾ ਤੀਜਾ ਦਿਨ ਹੈ ਜੀ ਤੀਜਾ ਦਿਨ ਹੈ ਰੈਗੂਲਰ ਅਸੀਂ ਸਵੇਰੇ 8 ਵਜੇ ਆ ਜੰਨੇ ਆ ਜੀ ਤੇ ਸ਼ਾਮ ਨੂੰ 6 7 ਕਈ ਵਾਰ ਤਾਂ ਇਕਣਾ ਹੁੰਦਾ ਕਿ ਰਾਤ ਦਾ ਮਤਲਬ ਡਿਨਰ ਵੀ ਇੱਥੇ ਹੀ ਕਰਕੇ ਜਾਈਦਾ ਲੰਗਰ ਖਾ ਕੇ ਜਾਈਦਾ ਤਾਂ ਜਾ ਕੇ ਹੋ ਤੁਸੀਂ ਆਪ ਵੀ ਦੇਖ ਲਓ ਇਸ ਟਾਈਮ ਵੀ ਮੈਂ ਕਹਿੰਦਾ 6 6:30 ਵਜੇ ਹੋਣਗੇ ਤੇ ਅਜੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਅਸੀਂ 7:30 ਵਜੇ ਤੱਕ ਪੂਰੀ ਤੇ ਇਹ ਜਿਹੜੇ ਬੈਂਚ ਬੁੱਚਾ ਤੁਸੀਂ ਆ ਕੇ ਹੁਣ ਅੰਦਰੋਂ ਬਾਹਰ ਕੱਢੇ ਜੀ ਅੱਜ ਹਾਂਜੀ ਹਾਂਜੀ ਸਰ ਇਹ ਬੈਂਚ ਅਜੇ ਬਾਹਰ ਕੱਢੇ ਆ ਕਮਰਿਆਂ ਦੀ ਅਜੇ ਸਾਫ ਸਫਾਈਆਂ ਕਰ ਦਿੱਤਾ ਗਿਆ ਤਿੰਨੇ ਕਮਰੇ ਇੱਕ ਦਫ਼ਤਰ ਤੇ ਰਸੋਈ ਰਸੋਈ ਅੱਜ ਭਾਂਡੇ ਇਹ ਢੋਲਾ ਵਿੱਚ ਕਣਕ ਸੀਗੀ ਜੀ ਹਾਂਜੀ ਜੀ ਇਹ ਕਣਕ ਫੇ ਸਾਰੀ ਖਰਾਬ ਹੋ ਗਈ ਜੀ ਬਿਲਕੁਲ ਜੀ ਸਰ ਰਾਸ਼ਨ ਤਾਂ ਟੋਟਲੀ ਹੀ ਖਰਾਬ ਸਾਰਾ ਡੈਡ ਹੋ ਗਿਆ ਜੀ ਕਿਉਂਕਿ 6 ਫਿਟ ਪਾਣੀ ਦੇ ਵਿੱਚ ਕਿੱਥੇ ਬਚਾਉਂਦੇ ਨਹੀਂ ਬੱਚੇ ਨਹੀਂ ਬਚਾਇਆ ਜਾ ਸਕਦਾ ਸੀਗਾ ਕਿ ਚਲੋ ਆਪਾਂ ਇਕਣਾ ਨਾ ਕਿ ਚਲੋ ਡੈਕਸਾਂ ਦੇ ਉੱਪਰ ਰੱਖ ਦਿੰਨੇ ਆ ਡੈਕਸ ਵੀ ਸਾਡੇ ਉਹ 3-3 ਫੁੱਟ ਦੇ ਹੀ ਹੁੰਦੇ ਆ ਜੀ ਹੁਣ ਇੱਕ ਦੇ ਉੱਪਰ ਇੱਕ ਰੱਖ ਵੀ ਦਿੱਤੀ ਸੀਗੀ ਅਸੀਂ ਇੱਕ ਡੈਕਸ ਦੇ ਉੱਪਰ ਢੋਲੀ ਦੇ ਉੱਪਰ ਢੋਲੀ ਦੇ ਉੱਪਰ ਢੋਲੀ ਰੱਖਤੀ ਪਾਣੀ ਦਾ ਬਹਾਵ ਇੰਨਾ ਸੀਗਾ ਉਹਨੇ ਸਾਰੀ ਗਿਰਤੀ ਸਾਰੇ ਚੱਕਤੇ ਆ ਦੇਖੋ ਉਹ ਤੁਸੀਂ ਆਪ ਦੇਖ ਸਕਦੇ ਹੋ ਮੇਰਾ ਆਪਣਾ ਬੈਂਚ ਹੈ ਜੀ ਜੀ ਤੁਹਾਡਾ ਡੈਕਸ ਹੈ ਜੀ ਉਹ ਇੱਕ ਟੀਚਰ ਟੇਬਲ ਹੈ ਜੀ ਉਹ ਮੇਰਾ ਜਿਹੜਾ ਬਿਲਕੁਲ ਗਲ ਗਿਆ ਜਿਹੜਾ ਬਿਲਕੁਲ ਗਲ ਗਿਆ ਗਲ ਗਿਆ ਤੇ ਚੀਨੀ ਚੀਨੀ ਇਹ ਕਿਸੇ ਨੇ ਮਤਲਬ ਮੈਨੂੰ ਦਿੱਤੀ ਸੀਗੀ ਕਿ ਕਹਿੰਦੇ ਕਿ ਮਤਲਬ ਖੀਰ ਵਗੈਰਾ ਬੱਚਿਆਂ ਦੇ ਲਈ ਬਣਾ ਲਿਆ ਕਰੋ ਦਾਨ ਦੇ ਤੌਰ ਤੇ ਦਾਨ ਦੇ ਤੌਰ ਤੇ ਉਹਨਾਂ ਨੇ ਸਪੈਸ਼ਲੀ ਮੈਨੂੰ ਮਤਲਬ ਇੱਕ 50 ਕਿਲੋ ਦਾ ਕੱਟਾ ਦਿੱਤਾ ਤੇ ਉਸ ਤੇ ਉਹ ਪਿਹਾ ਕੇ ਕਿ ਬੱਚਿਆਂ ਨੂੰ ਜਿਸ ਦਿਨ ਵੀ ਤੁਸੀਂ ਖੀਰ ਬਣਾਉਂਗੇ ਤੁਸੀਂ ਦਲੀਆ ਵੀ ਦਿਆ ਕਰੋ ਅਸੀਂ ਬੱਚਿਆਂ ਨੂੰ ਖੀਰ ਔਰ ਦਲੀਆ ਦੋਨੋਂ ਹੀ ਦਿੰਦੇ ਤੇ ਇਸ ਲਈ ਸਪੈਸ਼ਲ ਮੇਰੇ ਕੋਲ ਨਾ ਥੋੜੀ ਚੀਨੀ ਪਹਿਲੀ ਐਡਵਾਂਸ ਚ ਛੱਡ ਗਏ ਤੇ ਕਿ ਸਰ ਇਹ ਖਤਮ ਹੋਊਗੀ ਫਿਰ ਸਾਨੂੰ ਦੱਸ ਦਿਓ ਕੋਈ ਦਾਨੀ ਸੱਜਣ ਸੀਗੇ ਉਹ ਦੇ ਕੇ ਗਏ ਸੀਗੇ ਜੀ ਬਿਲਕੁਲ ਤੇ ਇਸ ਦੇ ਇਲਾਵਾ ਕਰ ਰਿਕਾਰਡ ਵੀ ਸਾਡਾ ਤੁਸੀਂ ਦੇਖ ਸਕਦੇ ਹੋ ਅੱਧੇ ਪੁਰਾਣੀ ਚੀਜ਼ ਰਿਕਾਰਡ ਆ ਪਿਆ ਜੀ ਉਹ ਵੀ ਖਰਾਬ ਹੈ ਸਾਡਾ ਰਿਕਾਰਡ ਵੀ ਖਰਾਬ ਹੋ ਗਿਆ ਆ ਰਿਕਾਰਡ ਥੋੜਾ ਸਾਰਾ ਛਿਆ ਪਿਆ ਨੀਚੇ ਪਿਆ ਜੀ ਇਹ ਪੁਰਾਣਾ ਰਿਕਾਰਡ ਸੀਗਾ ਜੋ ਮਤਲਬ ਕਹਿ ਲਓ ਕਿ ਹੁਣ ਤਰੀਕੇ ਲੱਤ ਪਾਣੀ ਆਇਆ ਨਹੀਂ ਸਮਝ ਆ ਰਹੀ ਕਿ ਚੀਜ਼ ਬਚਾ ਸਕਦੇ ਆ ਹਾਂਜੀ ਤਾਂ ਇਹ ਆ ਗਿਆ ਸੀ ਇੰਨਾ ਕਹਿ ਰੀਸੈਂਟਲੀ ਜੋ ਮੇਰੇ ਹੱਥੋਂ ਰਿਕਾਰਡ ਬਣਿਆ ਉਹ ਸਾਰਾ ਬਚਾ ਲਿਆ ਤਾਂ ਜੀ ਜੀ ਜਿਵੇਂ ਤਾਂ ਜੇ ਗੱਡੀ 'ਚ ਲੈ ਗਿਆ ਕੁਝ ਮਤਲਬ ਕਿ ਹਨਾ ਕਿਸੇ ਦੇ ਘਰੇ ਰੱਖਿਆ ਜਾਂ ਕਿਆ ਹੈ ਲੇਕਿਨ ਕੁਝ ਪੁਰਾਣਾ ਰਿਕਾਰਡ ਆ ਜੋ ਮੈਂ ਨਹੀਂ ਬਚਾ ਸਕਿਆ ਇਸ ਤੋਂ ਇਲਾਵਾ ਸਾਡੇ ਸਾਰੇ ਕਮਰੇ ਹੋ ਚੁੱਕੇ ਆ ਓਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜੀ ਗਰਾਊਂਡ ਨੂੰ ਦੇਖ ਕੇ ਤੁਸੀਂ ਆਪ ਹੀ ਕਹਿ ਸਕਦੇ ਹੋ ਕਿ ਗਰਾਊਂਡ 'ਚ ਜਿਆਦਾ ਅੰਦਰ ਤਾਂ ਅੰਦਰ ਕਿੰਨਾ ਸਹੀ ਗੱਲ ਹੈ ਉਹਦੀ ਸਫਾਈ ਤੁਸੀਂ ਹੁਣ ਕਰਕੇ ਇਹਨੂੰ ਸਾਫ਼ ਕੀਤਾ ਹਾਂਜੀ ਇਹ ਪ੍ਰੋਪਰ ਤੁਸੀਂ ਦਿਖਾ ਸਕਦੇ ਹੋ ਪ੍ਰੋਪਰ ਸਾਡੀ ਸਫਾਈ ਹੋ ਚੁੱਕੀ ਹੈ ਇਸ ਕਮਰੇ ਦੇ ਵਿੱਚ ਤੁਸੀਂ ਦੱਸ ਰਹੇ ਹੋ ਇਸ ਦੇ ਵਿੱਚ ਆ ਨਿਸ਼ਾਨ ਦੇਖ ਰਹੇ ਹੋ ਜੀ ਜੀ ਨਿਸ਼ਾਨ ਦੇਖ ਰਹੇ ਇੰਨਾ ਪਾਣੀ ਸੀ ਇੰਨਾ ਪਾਣੀ ਸੀ ਇੰਨਾ ਪਾਣੀ ਸੀਗਾ ਸਾਡੇ ਦੇਖ ਲਓ ਰਿਮੋਟ ਵਗੈਰਾ ਸਾਰਾ ਕੁਝ ਭਿੱਜ ਚੁੱਕਿਆ ਸੀਗਾ ਸਿਰਫ ਅਸੀਂ ਹੁਣ ਆ ਕੇ ਇਸ ਕਮਰੇ ਨੂੰ ਸਵੇਰ ਦੇ ਲੱਗੇ ਹੋਏ ਆ ਤਿੰਨ ਕਮਰੇ ਅਸੀਂ ਦੋ ਕਮਰੇ ਪਹਿਲੇ ਸਾਫ਼ ਕਰਕੇ ਸੀਗੇ ਦਫ਼ਤਰ ਦੀ ਸਾਫ਼ ਕਰਕੇ ਸੀਗੇ ਸਰ ਇਸੇ ਕਮਰੇ ਨੂੰ ਸਾਫ਼ ਕਰਨ ਵਾਸਤੇ ਅੱਜ ਪੂਰਾ ਦਿਨ ਲੱਗ ਗਿਆ ਸੀ ਇਸ ਟਾਈਮ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹਦੇ ਵਿੱਚ ਮਤਲਬ ਵੀ ਹਨਾ ਇੱਕ ਇੱਕ 1.5 ਫਿਟ ਚਿੱਕ ਸੀਗੀ ਜਿਹੜੀ ਕੱਢੀ ਹੈ ਜਿਹੜੀ ਕੱਢੀ ਰਹੀ ਆਪਣੇ ਹੱਥਾਂ ਨਾਲ ਤਸਲਿਆਂ ਦੇ ਨਾਲ ਜੋ ਵੀ ਵਿਚਾਰੇ ਆਏ ਕਈਆਂ ਨੇ ਮਦਦ ਵੀ ਕੀਤੀ ਬਹੁਤ ਅੱਛੀ ਤੇ ਬਹੁਤ ਔਖੀ ਤਰੀਕੇ ਨਾਲ ਕੱਟਤੀ ਲੇਕਿਨ ਹੋ ਗਿਆ ਬੱਚਿਆਂ ਦੇ ਬੈਠਣ ਜੋਗਾ ਹੋ ਗਿਆ ਆਈ ਹੋ ਕਿ ਸਾਡੇ ਜਿਹੜੇ ਸਕੂਲ ਦੀ ਲਾਈਫ ਹੈ ਦੁਬਾਰਾ ਸ਼ੁਰੂ ਹੋ ਚੁੱਕੀ ਦੁਬਾਰਾ ਸ਼ੁਰੂ ਹੋ ਜਾਏਗੀ ਔਖੀ ਹੋਊਗੀ ਲੇਕਿਨ ਬੱਚੇ ਕਹੇ ਜੀ ਕਿ ਬੱਚੇ ਸਾਰੇ ਦਰਦ ਭੁਲਾ ਦਿੰਦੇ ਆ ਜਾਂ ਬੱਚਿਆਂ ਦੇ ਵਿੱਚ ਬੈਠਦੇ ਆ ਠੀਕ ਹੈ ਤਾਂ ਬੱਚੇ ਦੇ ਨਾਲ ਬੱਚਾ ਬਣਨਾ ਪੈਂਦਾ ਠੀਕ ਹੈ ਆਈ ਹੋਪ ਕਿ ਜਲਦੀ ਸਾਡੀ ਲਾਈਫ ਦੁਬਾਰਾ ਸਟਾਰਟ ਹੋ ਜਾਵੇ ਸਕੂਲ ਵਾਲੀ ਕਿਉਂਕਿ ਸਕੂਲ ਬੱਚਿਆਂ ਦੇ ਨਾਲ ਹੀ ਅੱਛੇ ਲੱਗਦੇ ਆ ਤੇ ਬੱਚਿਆਂ ਦੇ ਬਿਨਾ ਤਾਂ ਸੁਣਨਾ ਹੀ ਪਿਆ ਜੀ ਸ਼ਾਇਦ ਬੱਚੇ ਨਹੀਂ ਆ ਰਹੇ ਸੀਗੇ ਤਾਂ ਕਰਕੇ ਹੋਇਆ ਇਹ ਅਨਹੋਣ ਨਹੀਂ ਹੋ ਗਈ ਆਈ ਹੋਪ ਕਿ ਜਲਦੀ ਸਾਡੀ ਸਕੂਲ ਲਾਈਫ ਜਲਦੀ ਸ਼ੁਰੂ ਹੋਊਗੀ ਓਕੇ ਸਕੂਲ 'ਚ ਆਪਾਂ ਖੜੇ ਆ ਤੁਸੀਂ ਕੀ ਦੇਖਿਆ ਵੀ ਉਰੇ ਕਿਵੇਂ ਕਿੰਨਾ ਨੁਕਸਾਨ ਹੋ ਚੁੱਕਿਆ ਤੇ ਕੀ ਕੀਤਾ ਜਾ ਰਿਹਾ ਹੁਣ ਸਰ ਮੰਨ ਲਾ ਵੀ ਇਸ ਸਕੂਲ ਦੇ ਵਿੱਚ ਪਾਣੀ 5-5 6-6 ਫੁੱਟ ਵੜ ਗਿਆ ਸੀ ਜੀ ਜੀ
और जो समान आ बच्चों का खाण पीन का ज टेबल आ जा मतलब कोई इन्हों का रुकावट आ सारा ही खत्म हो चुका आंगनवाड़ी मैडम हरप्रीत तो जो प्राइमरी स्कूल का टीचर आ वो इन्ने क मेहनती आ उन्होंने बहुत रीझा दे नाल स्कूल सजाया सी दिखता ही है सजाया सी जी जी फुल बूटे लाए सी उरे पर उन्होंने मतलब साफ रखने की खातर मजदूर ना मिलने के बावजूद भी इन्होंने अपने आप तीन दिन तो मतलब सफाई स्कूल की कर रहे इन्ने मेहनती टीचर ने यह जी तो टीच मुलाजमान के कोल वैसे भी टाइम नहीं होता है पर छुट्टी के टाइम भी ये शाम 7 बजे तक सफाई पर लगे हुए हैं। तुसीं सरकार नूं की अपील करदे वी इन्हां नूं 15 अगस्त वगैरह ते सन्मान भी करना चाहिए है। मैं सरकार तो मतलब यही उम्मीद करता और मंग करता है बई अजिहे टीचर नूं बई 15 अगस्त तो सन्मानित किया जाए इन्हां नूं देख के कोई होर भी प्रभावित उत्साह होंगे माला जी।